ਹਾਂਜੀ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਕਿਵੇਂ ਹੋ ਸਾਰੇ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਭਰਤੀ ਦੇ ਅਹਿਮ ਮੁੱਦਿਆਂ ਤੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਦੋਸਤੋ ਤੁਹਾਨੂੰ ਆਪਾਂ ਦੱਸ ਦਈਏ ਕਿ ਜਿਹੜੇ ਬੱਚੇ ਸਬ ਇਨਸਪੈਕਟਰ ਵਿੱਚ ਸਿਲੈਕਟ ਹੋਏ ਨੇ ਉਹਨਾਂ ਕੈਂਡੀਡੇਟਸ ਨੂੰ ਮੈਡੀਕਲ ਸੰਬੰਧੀ ਜਿਹੜੀ ਆ ਉਹ ਈਮੇਲਾਂ ਆ ਰਹੀਆਂ ਨੇ ਠੀਕ ਆ ਈਮੇਲ ਦੇ ਲਈ ਮੈਨੂੰ ਕਈ ਬੱਚਿਆਂ ਨੇ ਆਪਣੇ ਸਕਰੀਨਸ਼ਾਟ ਵੀ ਭੇਜੇ ਨੇ ਕਹਿੰਦੇ ਕਿ ਸਰ ਅਪਡੇਟ ਲਾ ਦਿਓ ਬੱਚਿਆਂ ਨੂੰ वैसे आ, कल दियां आ रही हैं बच्चे नु ठीक है जे ਤੁਹਾਨੂੰ ਨਹੀਂ ਈਮੇਲ ਆਈ ਤਾਂ ਤੁਸੀਂ ਆਪਣਾ ਜਿਹੜਾ ਨੰਬਰ ਆ ਜਿਹੜਾ ਤੁਹਾਡਾ ਰਜਿਸਟਰਡ ਫੋਨ ਨੰਬਰ ਆ ਉਹ ਚੈੱਕ ਕਰ ਸਕਦੇ ਹੋ ਤੇ ਵੀ ਤੁਹਾਨੂੰ ਆ ਸਕਦਾ ਜਾਂ ਤੁਹਾਨੂੰ ਮੇਲ ਆ ਸਕਦੀ ਆ ਠੀਕ ਹੈ ਜਾਂ ਫਿਰ ਦੋਨੋਂ ਤੇ ਵੀ ਆ ਸਕਦਾ ਇਹਦਾ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਮੈਡੀਕਲ ਹੋਣਾ ਮੈਡੀਕਲ ਤੁਹਾਡੇ ਜ਼ਿਲ੍ਹਾ ਦੇ ਵਿੱਚ ਵੀ ਹੋ ਸਕਦਾ ਠੀਕ ਹੈ ਉਹ ਤੁਹਾਨੂੰ ਈਮੇਲ ਦੇ ਵਿੱਚ ਲਿਖਿਆ ਹੋਊਗਾ ਠੀਕ ਹੈ ਜਾਂ ਫਿਰ ਜਲੰਧਰ ਵਿਖੇ ਹੀ ਹੋਣਾ ਜਾਂ ਫਿਰ ਜਿਹੜੇ-ਜਿਹੜੇ ਤੁਹਾਨੂੰ ਡਿਸਟ੍ਰਿਕਟ ਪੈਂਦੇ ਨੇ ਜਾਂ ਫਿਰ ਉੱਥੇ ਹੋਣਾ ਠੀਕ ਹੈ ਉਹਦੇ ਤੇ ਆਪਾਂ ਵੱਖਰੀ ਵੀਡੀਓ ਇੱਕ ਬਣਾਈ ਵੀ ਹੋਈ ਹੈ ਮੈਡੀਕਲ ਕਿਸ ਤਰ੍ਹਾਂ ਦਾ ਹੋਊਗਾ ਕੀ ਕੀ ਉਹਦੇ ਵਿੱਚ ਪੁੱਛਿਆ ਜਾਂਦਾ ਕੀ ਕੀ ਚੈੱਕ ਕੀਤਾ ਜਾਂਦਾ ਉਹਦੇ ਤੇ ਵੱਖਰੀ ਵੀਡੀਓ ਬਣਾਈ ਹੋਈ ਆ ਅ ਬਟ ਅਗਰ ਤੁਸੀਂ ਚਾਹੁੰਦੇ ਹੋ ਤਾਂ ਆਪਾਂ ਉਹਦੇ ਤੇ ਵੀ ਇੱਕ ਹੋਰ ਵੀਡੀਓ ਬਣਾਵਾਂਗੇ ਠੀਕ ਹੈ ਉਹਨੂੰ ਥੋੜਾ ਐਡਿਟ ਕਰਕੇ ਠੀਕ ਹੈ ਜੀ ਕਿਉਂਕਿ ਆਪਾਂ ਕੰਮ ਕਰਦੇ ਆ ਆਪਾਂ ਰਿਵਿਊ ਤੋਂ ਹੀ ਕੰਮ ਕਰਦੇ ਆ ਇੱਕ ਜੈਨੂਇਨ ਰਿਵਿਊ ਲੈ ਕੇ ਬੱਚਿਆਂ ਦਾ অথੈਨਟੀਕ ਰਿਵਿਊ ਲੈ ਕੇ ਫਿਰ ਹੀ ਆਪਾਂ ਅੱਗੇ ਜਿਹੜੀ ਆ ਵੀਡੀਓ ਪੋਸਟ ਕਰਦੇ ਆ ਕੋਈ ਐਦਾਂ ਨਹੀਂ ਹੋਰ ਚੈਨਲਾਂ ਵਾਂਗੂ ਹਵਾ 'ਚ ਤੀਰ ਚਲਾਉ ਚਲਾਉਣ ਵਾਲਾ ਠੀਕ ਆ ਤੇ ਇੱਕ ਸਭ ਤੋਂ ਵੱਡਾ ਸਵਾਲ ਆ ਜੀ ਟੀਐਸਐਸ ਭਰਤੀ ਟੀਐਸਐਸ ਭਰਤੀ ਵਿੱਚ ਸਬ ਇਨਸਪੈਕਟਰ ਤੇ ਕਨਸਟੇਬਲ ਇਹਦਾ ਰਿਜ਼ਲਟ ਕਦੋਂ ਆ ਰਿਹਾ ਬਹੁਤ ਜ਼ਿਆਦਾ ਬੱਚੇ ਮੈਸੇਜ ਕਰਦੇ ਨੇ ਜਦੋਂ ਵੀ ਆਪਾਂ ਕੋਈ ਪੋਸਟ ਪਾਈਏ ਇੱਕ ਦੋ ਭੈਣ ਭਰਾ ਹੁੰਦੇ ਆ ਵਿਚਾਰਾ ਪੁੱਛਦਾ ਕਿ ਸਾ ਰਿਜ਼ਲਟ ਕਦੋਂ ਆ ਰਿਹਾ ਦੇਖੋ ਬੱਚਿਓ ਕੱਲ ਹੀ ਸਾਡਾ ਇੱਕ ਮਿੱਤਰ ਸੀਗਾ ਸਾਡੇ ਚੈਨਲ ਦੇ ਕਹ ਲੋ ਬੰਦਾ ਉਹ ਉਹਨਾਂ ਉਹ ਹੈੱਡਕੁਆਰਟਰ ਜਾ ਕੇ ਆਇਆ ਸੀਗਾ ਤੇ ਉਹਨਾਂ ਨੇ ਆਪਣੇ ਆਧਾਰ ਤੇ ਜਿਹੜੀ ਆ ਡਿਪਾਰਟਮੈਂਟ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਦੇਖੋ 10 ਜਾਂ 15 ਦਿਨ ਲੱਗ ਸਕਦੇ ਨੇ ਠੀਕ ਹੈ ਦੱਸ 15 ਦਿਨ ਲੱਗ ਸਕਦੇ ਨੇ टीएसएस ਦਾ ਰਿਜ਼ਲਟ ਆਉਣ ਵਿੱਚ ਠੀਕ ਹੈ ਸੋ ਬੱਚਿਓ ਵੇਟ ਕਰੋ ਠੀਕ ਹੈ ਜਦੋਂ ਵੀ ਕੋਈ ਅਫੀਸ਼ੀਅਲ ਅਪਡੇਟ ਆਊਗਾ ਤੁਹਾਨੂੰ ਜਿਹੜੀ ਪੰਜਾਬ ਪੁਲਿਸ ਦੀ ਵੈਬਸਾਈਟ ਤੇ ਹੀ ਮਿਲੂਗਾ ਠੀਕ ਹੈ ਜੇ ਤੁਸੀਂ ਵੈਬਸਾਈਟ ਨਹੀਂ ਚੈੱਕ ਕਰ ਸਕਦੇ ਤਾਂ ਮੈਂ ਨਾਲ ਦੀ ਨਾਲ ਵੀਡੀਓ ਬਣਾ ਕੇ ਪੋਸਟ ਕਰ ਦੂੰਗਾ ਤੁਸੀਂ ਆਪਣੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਤੇ ਬਾਕੀ ਦੋਸਤੋ ਜਦੋਂ ਵੀ ਕੋਈ ਵੀ ਕਿਸੇ ਵੀ ਭਰਤੀ ਦਾ ਅਪਡੇਟ ਆਉਂਦਾ ਹੁੰਦਾ ਉਹਦੇ ਤੇ ਆਪਾਂ ਨਾਲ ਦੀ ਨਾਲ ਵੀਡੀਓ ਬਣਾ ਦਿੰਨੇ ਆ ਇੱਕ ਹੋਰ ਚੰਡੀਗੜ੍ਹ ਪੁਲਿਸ ਵਿੱਚ ਜਿਹੜੀ ਕਾਂਸਟੇਬਲ ਦੀ ਭਰਤੀ ਆਈ ਹੋਈ ਆ ਉਹਦਾ ਵੀ ਨੋਟੀਫਿਕੇਸ਼ਨ ਆਪਾਂ ਜਿਹੜੀ ਉਹਦੀ ਵੀਡੀਓ ਲੈ ਕੇ ਆਵਾਂਗੇ ਪੂਰੇ ਨੋਟੀਫਿਕੇਸ਼ਨ ਦੇ ਨਾਲ ਕਿੰਨਾ ਉਹਦਾ ਟ੍ਰਾਇਲ ਹੋਊਗਾ ਕੌਣ ਕੌਣ ਉਹਨੂੰ ਅਪਲਾਈ ਕਰ ਸਕਦਾ ਕਦੋਂ ਤੋਂ ਫਾਰਮ ਭਰਨੇ ਸ਼ੁਰੂ ਹੋਣੇ ਨੇ ਠੀਕ ਆ ਉਹਦੇ ਤੇ ਆਪਾਂ ਇੱਕ ਵੱਖਰੀ ਵੀਡੀਓ ਤਿਆਰ ਕਰ ਰਹੇ ਹਾਂ ਕਿਉਂਕਿ ਆਪਾਂ ਇੱਕ অথੈਨਟੀਕੇਟਡ ਡਾਟਾ ਪ੍ਰੋਵਾਈਡ ਕਰਕੇ ਬੱਚਿਆਂ ਨੂੰ ਫਿਰ ਹੀ ਵੀਡੀਓ ਬਣਾਉਨੇ ਆ ਠੀਕ ਹੈ ਜੀ ਸੋ ਉਹ ਵੀ ਤੁਹਾਨੂੰ ਅ ਅੱਜ ਕੱਲ੍ਹ ਚ ਮਿਲ ਜੂਗੀ ਵੀਡੀਓ ਤੇ ਚੈਨਲ ਤੇ ਬਣੇ ਰਹੋ ਠੀਕ ਹੈ ਜੀ ਤੇ ਬਾਕੀ ਜੇਕਰ ਤੁਹਾਡੀ ਕੋਈ ਕੁਇਰੀ ਹੁੰਦੀ ਆ ਤੁਸੀਂ ਸਾਨੂੰ ਸਾਡੇ ਇੰਸਟਾਗ੍ਰam ਚੈਨਲ ਤੇ ਸੰਪਰਕ ਕਰ ਸਕਦੇ ਹੋ ਤੇ ਲਿੰਕ ਜਿਹੜਾ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਜੀ ਠੀਕ ਆ ਤੁਸੀਂ ਸਾਨੂੰ ਸੰਪਰਕ ਉੱਥੋਂ ਕਰ ਸਕਦੇ ਹੋ ਦੀਪ ਜੋਬ ਪੋਰਟਲ ਚੈਨਲ ਸੇਮ ਹੀ ਆ ਉੱਥੇ ਵੀ ਠੀਕ ਹੈ ਜੀ ਸੋ ਅਗਲੀ ਵੀਡੀਓ ਵਿੱਚ ਮਿਲਾਂਗੇ ਸਤਿ ਸ੍ਰੀ ਅਕਾਲ ਜੀ ਧੰਨਵਾਦ